ਅਸਲਾਮ ਵਾਲੇਕਮ, ਮੈਂ ਵਾਂ ਜੇਬ ਸਾਬਰ ਅਮੀਰ ਕਾਣਾ, ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਜਿਹੜਾ ਮੈਂ ਲੈ ਕੇ ਆਇਆ ਵਾਂ ਪੱਠੇ, ਅਤੇ ਅਸੀਂ ਪਕਾਏ ਨੇ ਚਨਿਆਂ ਦੀ ਦਾਲ ਪਕਾਈ ਹੈ, ਅਤੇ ਚਨਿਆਂ ਦੀ ਦਾਲ ਖਾਣ ਨੂੰ ਮੇਰਾ ਦਿਲ ਨਹੀਂ ਕਰਨ ਡਿਆ, ਭੁੱਖ ਵੀ ਬੜੀ ਲੱਗੀ ਹੈ। ਅਤੇ ਫਿਰ ਹੁਣ ਬਾਹਰ ਨੂੰ ਜਾਂਦੇ ਹਾਂ, ਕਿਤੇ ਜਾਂ ਕੋਈ ਦੁਕਾਨ 'ਚ ਲੈ ਕੇ ਖਾਂਦੇ ਹਾਂ ਜਾਂ ਇੱਧਰ ਉੱਧਰ ਖਾਂਦੇ ਹਾਂ। ਮਾਨੀ ਓਏ, ਹਾਂਜੀ ਮਾਨੀ, ਦੱਸ ਫਿਰ ਚਾਚਾ ਜੀ ਕਿੰਨੇ ਦਿੰਦੇ ਹੋ ਫੁੱਲੇ? ਜਿੰਨੇ ਦੇ ਮਰਜ਼ੀ ਲੈ ਲੈ ਫੁੱਲੇ। ਚਾਚਾ ਦੁਕਾਨ ਕਿੱਦਾਂ ਦੀ ਪਾਇਆ ਜੀ? ਅੱਜ ਪਹਿਲਾ ਦਿਨ ਹੈ ਚਾਚਾ, ਅੱਜ ਪਹਿਲਾ ਦਿਨ ਹੈ, ਅੱਜ ਪਹਿਲਾ ਦਿਨ ਹੈ, ਤੂੰ ਵਿੱਚ ਵੱਜ ਜਾਂਦਿਆਂ ਦਾ ਭਰਮ। ਅੱਬਾ ਆਏ ਕਿ ਨਹੀਂ? ਅੱਬਾ ਅਜੇ ਨਹੀਂ ਆਇਆ। ਚਾਚਾ ਤਾਜ਼ੇ ਨੇ ਨਾ? ਤਾਜ਼ੇ ਫੁੱਲੇ ਨੇ ਤਾਜ਼ੇ। ਚਾਚਾ ਇਹ ਕੱਢਣੇ ਨਹੀਂ ਹੋਲੇ ਤਾਜ਼ੇ? ਚਾਚਾ ਪਸਤੌਲ ਕਾਹਲੀ ਕੱਢ ਲਈ ਆ? ਚਾਚਾ ਪਸਤੌਲ ਕਾਹਲੀ ਕੱਢ ਲਈ ਆ? ਆਪੀ ਆਉਂਦਾ ਪਿਆ ਕੋਈ ਕਰ ਕੁਝ, ਤੈਨੂੰ ਆਖਿਆ ਫੁੱਲੇ ਕੱਢ, ਤੂੰ ਪਸਤੌਲ ਹੀ ਕੱਢ ਲਈ। ਚਾਚਾ ਵੇਖੀ ਕੋਈ ਹੋਰ ਹੀ ਨਾ ਨਾ ਕਾਰਵਾਈ ਪਾਜੀ, ਉਹ ਪੈਣ ਦੇ ਜਿਹੜੀ ਪੈਂਦੀ ਹੈ ਪੈਂਦੀਆਂ ਨੇ। ਅੱਛਾ ਚਾਚਾ ਪਸਤੌਲ ਦਾ ਬਾਬਾ ਜੀ ਮਾਚਿਸ ਦਿਓ, ਮਾਚਿਸ ਦਿਓ, ਮਾਚਿਸ ਦਿਓ, ਨਿਸ਼ਾਨਾ ਗਲਤ ਹੋ ਗਿਆ। ਪਾਲਕ ਲੈ ਲਓ, ਵਾਗ ਗਈ ਆ ਇਹਨੂੰ ਘੁੱਟ ਚੜੀ, ਇਹ ਗੰਨ ਗੰਨ ਪਿੰਜਾ ਤੱਕ ਥੋੜਾ ਜਿਹਾ। ਚਾਚਾ ਤੇਰੀ ਪਸਤੌਲ ਨੇ ਮੇਰਾ ਧੋਖਾ ਦੇ ਰਿਹਾ। ਆਈ ਕਰਨ ਲੱਗਾ ਮਾਨੀ, ਕੀ ਭਾਨਾ ਵਿੱਚ? ਚਾਚਾ ਮਕਈ ਹੁਣ ਮਕਈ ਦੇ ਵਿੱਚ ਕੀ ਲੂਣ ਪਾਉਂਦੇ ਆ? ਸਹੀ ਹੋ ਗਿਆ ਬਾਈ, ਘਿਓ ਸੁੱਟਣੇ ਆ ਮਾਸਾ ਕੁ, ਇੱਕ ਚਮਚੀ ਘਿਓ। ਲੂਣ ਵੀ ਪਾਉਣਾ, ਨਮਕ ਵੀ ਪਾਉਣਾ। ਸਹੀ ਹੋ ਗਿਆ, ਹੁਣ ਲਾਣਾ ਲੂਣਾ ਨਹੀਂ, ਆਪੇ ਵਿੱਚ ਪਿਆ ਰਲੇਗਾ, ਆਪ ਹੀ ਰਲੇਗਾ। ਸਹੀ ਹੈ ਬਾਈ, ਹਲੇ ਨਹੀਂ ਕਰ ਮੈਂ ਮਸ਼ੀਨ ਹੈ। ਹਾਂ ਮਾਨੀ, ਮਜ਼ਾ ਆਉਣ ਡਿਆ ਕਿ ਨਹੀਂ? ਮਜ਼ਾ ਆਉਣ ਡਿਆ ਕਿ ਨਹੀਂ? ਪੂਰੇ ਕਰਾ ਲਏ। ਚਾਚਾ ਗਿਣ ਕੇ ਪਾਪਰ ਦਿਆ ਕਰ, ਚਾਚੇ ਨੂੰ ਮਠਿਆਈ ਪਾਈ ਵਿੱਚ ਪਾਪਰ ਲਿਆ ਚੱਲੋ ਚਾਚਾ ਬੰਬੂ ਬੜਾ ਵੱਡਾ ਰੱਖਿਆ ਬੰਬੂ ਪੁੱਤਰ, ਫਿਰ ਕੰਮ ਤੇ ਹੋਇਆ ਬੰਬੂ ਵੱਡਾ ਹੀ ਚੰਗਾ ਹੁੰਦਾ ਇੱਕ। ਕਿਉਂ ਮਾਨੀ? ਇਹ ਚਾਚਾ ਕਾਲਾ ਹੈ, ਇਹਦੀ ਰੇਹੜੀ ਹੈ। ਚਾਚਾ ਵੇਖੀ ਛਾਪਰ ਨਾ ਹੁਣ ਪਾਰ ਦੀ ਭਾ ਪਾ ਕੇ ਵਿੱਚ। ਮੈਂ ਨਾ ਥੋੜੇ ਨਾ ਜਾਣ ਤੈਨੂੰ ਬਾਈ ਬੱਚਾ, ਕਿੰਨੇ ਪੈਸੇ ਦੇ? 20 ਰੁਪਈਏ। ਸਮਾਂ ਆ ਗਿਆ ਅੱਜ, ਸਮਾਂ ਆ ਗਿਆ ਬਾਰਾਂ ਵਜੇ। ਇਹ ਮਾਹੀ ਬਾਈ ਹੈ। ਕਿੰਨੇ ਚਾਚੇ ਕਾਲੇ? 2000 ਦਿਹਾੜੀ? ਨਹੀਂ ਯਾਰ, ਸਹੀ ਹੈ ਫਿਰ ਤੇ। ਮੈਂ ਕਹਿੰਦਾ ਮਜ਼ਾ ਸਜ਼ਾ ਵੇਚੀਏ ਤੇ ਰੇਹੜੀਆਂ ਲੈ ਲਈਏ।
ਉਹ ਬੰਨਣ ਡਿਆ ਤਾਂ ਹਾਂ ਦਸ ਦਸ ਰੁਪਏ ਲੈ ਕੇ ਬੰਨਣ ਡਿਆ ਇਸ ਤਰ੍ਹਾਂ ਨਹੀਂ ਹੁੰਦਾ ਹੈਲੋ ਫੁੱਲੇ ਜਿਹੜੇ ਨੇ ਬੜੇ ਮਜ਼ੇਦਾਰ ਨੇ ਫੁੱਲੇ ਜਿਹੜੇ ਨੇ ਬੜੇ ਭੋਲੇ ਨਾ ਅੱਗੇ ਤੁਹਾਡੇ ਸਾਹਮਣੇ ਬਾਬਿਆਂ ਨੂੰ ਵੀ ਉੱਥੇ ਵੀ ਬੰਦਿਆਂ ਨੂੰ ਦਿੱਤੇ ਨੇ ਜਿਹਨਾਂ ਵੀ ਦੰਦ ਜਿਹੜਾ ਘੱਟ ਨੇ ਮੂੰਹ 'ਤੇ ਉਹਨਾਂ ਵੀ ਬੜੇ ਸ਼ੌਕ ਨਾਲ ਖਾਧੇ ਨੇ ਕਿਉਂਕਿ ਬੜੇ ਭੋਲੇ ਨੇ ਫੁੱਲੇ ਅਤੇ ਉਮੀਦ ਕਰਨਾ ਕਿ ਤੁਹਾਨੂੰ ਮੇਰਾ ਜਿਹੜਾ ਵਲੋਗ ਚੰਗਾ ਲੱਗਾ ਹੋਏਗਾ ਜਿਹੜੀ ਵੀਡੀਓ ਸਹੀ ਲੱਗੀ ਹੋਏਗੀ ਵੀਡੀਓ ਸਹੀ ਲੱਗੀ ਹੋਏ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰ ਦਿਓ ਆਪਣੇ ਦੋਸਤਾਂ ਨਾਲ ਨਾਲੇ ਕਮੈਂਟ ਕਰਕੇ ਦੱਸਿਓ ਮੇਰੀ ਜਿਹੜਾ ਵੀਡੀਓ ਕਿਹੋ ਜਿਹੀ ਬਣੀ ਹੈ ਅਤੇ ਨਾਲੇ ਮੇਰੇ ਜੇ ਪਿੰਡ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਹੈ ਫਿਰ ਅੱਲਾ ਹਾਫਿਜ਼ ਫਿਰ ਮਿਲਾਂਗੇ ਅਗਲੀ ਵੀਡੀਓ 'ਚ